ਅੱਜ ਮੈਂ ਤੁਹਾਨੂੰ ਦੱਸੇ ਨਾ ਕਿ ਸਾਡੇ ਘਰੇ ਹਰ ਰੋਜ਼ ਘੀਆ ਜਾਂ ਕੱਦੂ ਕਿਉਂ ਬਣਦੇ। ਹੁਣ ਕੌਣ ਆ ਗਏ? ਘੀਆ ਕੱਲ ਵੀ ਇਹਨੇ ਘੀਆ ਬਣਾਇਆ ਹੈ, ਪਰਸੋਂ ਵੀ ਘੀਆ ਬਣਾਇਆ ਹੈ, ਤੇ ਅੱਜ ਸੰਡੇ ਦਾ ਦਿਨ, ਛੁੱਟੀ ਦਾ ਦਿਨ, ਅੱਜ ਵੱਲ ਘੀਆ ਬਣਾਉਂਦੀ ਬੈਠੀ ਹੈ। ਦੁਨੀਆ ਇਧਰ ਦੀ ਉਧਰ ਥੀ ਵਜੇ, ਕੁਛ ਮਰਜ਼ੀ ਥੀ ਵਜੇ, ਅੱਜ ਹੀ ਘਰ ਵਿਚ ਮੈਂ ਘੀਆ ਕਹਿਣਾ ਬਣਨ ਦੇ ਸਾਂ। ਪਰ ਮੈਂ ਕਿਆ ਕਰੇ ਸਾਂ, ਮੈਂ ਘੀਏ ਕੋ ਛੁਪਾ ਦੇ ਸਾਂ, ਮੈਂ ਹੀ ਘੀਏ ਕੋ ਛੁਪਾ ਦੇ ਸਾਂ। ਹੁਣ ਮੈਂ ਤੇ ਭੂਈਸਾ ਛੁਪਾ ਦੇ ਸਾਂ ਤੇ ਤੂੰ ਪੂਰੀ ਜ਼ਿੰਦਗੀ ਇੱਥੇ ਬੈਠਾ ਰਹੀ, ਸਾਡੇ ਘਰੇ ਕਦੀ ਨਾ ਆਵੀ। ਹੁਣ ਮੈਂ ਤੇ ਕੁਛ ਛੁਪਾ ਦੇ ਸਾਂ। ਤੂੰ ਸਾਡੂ ਵੇ ਕਦੋਂ ਆਏ ਵੇ? ਮੇਰੀ ਗੱਲ ਸੁਣੋ, ਮੈਂ ਨਾ ਤੁਹਾਨੂੰ ਚਿਪਸ ਗਿਣਦੇ ਸਾਂ, ਕੁਰਕਰੇ ਵੀ ਗਿਣਦੇ ਸਾਂ, ਠੀਕ ਹੈ? ਪਰ ਘੀਏ ਵਾਲੀ ਗੱਲ ਮੰਮਾ ਨੂੰ ਨਾ ਦੱਸਣਾ, ਠੀਕ ਹੈ? ਠੀਕ ਹੈ, ਕਿਹਨਾਂ ਦੱਸੂ? ਹਾਂ, ਤੁਹਾਨੂੰ ਕੋੜੇ ਵੀ ਲੈ ਕੇ ਦੇਣੀ ਤੁਸੀਂ। ਗਿਣਦੇ ਸਾਂ, ਗਿਣਦੇ ਸਾਂ। ਹਾਂ, ਜਾਓ ਜਾਓ, ਠੀਕ ਹੈ ਠੀਕ ਹੈ। ਇਹ ਘੀਆ ਕਿੱਥੋਂ ਗਿਆ? ਮੈਨੂੰ ਕੀ ਪਤਾ, ਤੇ ਇੱਥੇ ਬੈਠੇ ਤਾਂ ਤੁਸੀਂ ਹੀ ਆਵੇ। ਅੱਛਾ, ਮੈਂ ਇੱਥੇ ਬੈਠਾ ਹਾਂ ਤਾਂ ਤੇਰਾ ਮਤਲਬ ਮੈਂ ਕੱਚਾ ਘੀਆ ਖਾ ਗਿਆ? ਤੇਰਾ ਕੋਈ ਰਿਸ਼ਤੇਦਾਰ ਤਾਂ ਕਿ ਨਹੀਂ ਆਇਆ? ਮੇਰੇ ਰਿਸ਼ਤੇਦਾਰ ਘੀਆ ਚੋਰੀ ਕਰਦੇ ਨੇ? ਨਹੀਂ ਕਰਦੇ, ਵੱਲ ਕਿਆ ਕਰਦੇ ਨੇ? ਇੱਕ ਮਿੰਟ ਰੱਖੀ, ਤੇਰੇ ਯਾਦ ਹੈ ਪਿਛਲੇ ਹਫ਼ਤੇ ਆਪਣੇ ਘਰ ਦਾ ਦਰਵਾਜ਼ਾ ਖੁੱਲਾ ਪਿਆ ਹਾਈ ਤੇ ਘਰ ਦੇ ਅੰਦਰ ਇੱਕ ਬਾਂਦਰ ਵੜਿਆਇਆ ਹਾਈ, ਹੈ ਨਾ? ਮੈਨੂੰ ਲੱਗਦੇ ਅੱਜ ਵੀ ਕੋਈ ਬਾਂਦਰ ਤੇਰਾ ਘੀਆ ਚੁੱਕ ਕੇ ਲੈ ਗਏ। ਮੋਇਆ ਬਾਂਦਰ, ਕੰਧ ਤੂੰ ਠਾਵੇ ਤੇ ਉਹਦੀ ਲੱਤ ਟੁੱਟੇ। ਕਿਉਂ ਕਿਸੇ ਬਾਂਦਰ ਕੁਦ ਬਦਦੁਆਵਾਂ ਦਿੰਦੀ ਬੈਠੀ ਏ? ਕਿਆ ਪਤਾ ਕੋਈ ਸ਼ਰੀਫ ਬਾਂਦਰ ਹੋਵੇ, ਮਜਬੂਰੀ ਚ ਚਾਹ ਗਿਣ ਗਿਆ ਹੋਵੇ। ਤਰਸ ਵਾਲੀ ਗੱਲ ਕਹਿਣੀ, ਅਸਲ ਵਿੱਚ ਬਾਂਦਰ ਦੀ ਵੀ ਤਾਂ ਕੋਈ ਇੱਜ਼ਤ ਹੁੰਦੀ ਏ। ਬਾਂਦਰ ਦੀ ਇੱਜ਼ਤ? ਹਾਂ, ਬਾਂਦਰ ਕੋ ਵੀ ਤਾਂ ਭਗਵਾਨ ਨੇ ਬਣਾਏ, ਸਾਕੂ ਬਾਂਦਰ ਦੀ ਇੱਜ਼ਤ ਕਰਨੀ ਚਾਹੀਦੀ ਏ। ਤੂੰ ਨਾ ਇਵੇਂ ਕਰ, ਮਟਰ ਛਿੱਲ ਖਿਨ, ਮੈਂ ਜਾ ਕੇ ਪਨੀਰ ਲੈ ਆਉਣਾ, ਮਟਰ ਪਨੀਰ ਬਣਾ ਕੇ, ਠੀਕ ਹੈ? ਵੇਂਦੇ ਹੀ ਪਏ ਹੋ ਤਾਂ ਘੀਆ ਕੀ ਪਿਆ ਬਣਾ? ਓਏ ਉੱਪਰ ਵਾਲਾ ਚਾਹੁੰਦੇ ਕਿ ਅੱਜ ਆਪਣੇ ਘਰੇ ਘੀਆ ਨਾ ਬਣੇ। ਉੱਪਰ ਵਾਲਾ ਚਾਹੁੰਦੇ? ਹਾਂ, ਤਾਂ ਹੀ ਤਾਂ ਉੱਪਰ ਵਾਲੇ ਨੇ ਬਾਂਦਰ ਕੋ ਭੇਜਿਆ ਹਾਈ, ਭਾਈ ਵਾਂਜ ਕੀਰਤੀ ਦਾ ਘੀਆ ਚੋਰੀ ਕੀਤੀ ਆ। ਵੇਂਦਾ ਪਿਆ, ਵੇਂਦਾ ਪਿਆ। ਤੇ ਯਾਦ ਰੱਖੀ, ਅੱਜ ਤੋਂ ਬਾਅਦ ਜਦੋਂ ਵੀ ਤੂੰ ਘੀਆ ਜਾਂ ਕੱਦੂ ਲਵੇ ਨਾ, ਹੁਣ ਤਾਂ ਬੀਮਾ ਕਰਵਾ ਦਿੰਦੀ। ਅਗਲਾ ਦਿਨ ਸੋਮਵਾਰ ਸਵੇਰੇ 7 ਵਜੇ। ਪਾਪਾ। ਹਾਂ ਪੁੱਤਰ। ਅੱਜ ਮੇਰੇ ਵੈਨ ਵਾਲੇ ਨੂੰ ਫੋਨ ਕਰ ਦੇਵੋ ਕਿ ਅੱਜ ਅਧਿਐਨ ਬਿਮਾਰ ਹੈ, ਮੈਨੂੰ ਲੈਣੇ ਨਾ ਆਵੇ। ਤੂੰ ਤਾਂ ਚੰਗਾ ਭਲਾ ਈ। ਮੇਰਾ ਅੱਜ ਜਾਣੇ ਦਾ ਮਨ ਕਹਿ ਨਹੀਂ। ਮਨ ਕਹਿ ਨਹੀਂ, ਚੁੱਪ ਚਾਪ ਜਾ ਕੇ ਤਿਆਰ ਥੀ ਵੰਜ, ਇਹ ਥੱਪੜ ਖਾਸੇ। ਅਭੀ ਮੰਮੀ ਨੂੰ ਦਸੇਂਦੇ ਕਿ ਘੀਆ ਕਿੱਥੇ ਪਿਆ। ਤੂੰ ਤਾਂ ਮੇਰਾ ਪਿਆਰਾ ਪੁੱਤਰ ਈ, ਮੇਰਾ ਮਿੱਠੂ ਈ। ਮੈਂ ਨਾ ਹੁਣੇ ਤੇਰੇ ਵੈਨ ਵਾਲੇ ਡਰਾਈਵਰ ਕੋ ਫੋਨ ਕਰ ਦੇਣਾ, ਠੀਕ ਹੈ? ਜਾ ਤਿਆਰ ਥੀ ਵੰਦੀ ਐਕਟਿੰਗ ਕਰ। ਹਾਂ ਡਰਾਈਵਰ ਸਾਹਿਬ, ਮੈਂ ਨਾ ਅਧਿਐਨ ਦਾ ਫਾਦਰ ਬੁਲੇਂਦਾ ਪਿਆ, ਤੇ ਅਧਿਐਨ ਕੋ ਨਾ ਅੱਜ ਬੁਖਾਰ ਏ ਤੇ ਹੁਕੂ ਅੱਜ ਗਿਣਨ ਨਾ ਆਵਾਵੇ। ਹਾਂ ਉਹ ਸਕੂਲ ਕਹਿਣਾ ਸੀ। ਹਾਂਜੀ ਹਾਂਜੀ ਹਾਂਜੀ, ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਤੂੰ ਕਦੋਂ ਆ ਕੇ ਬੈਠੀ ਏ? ਕੀਕੂ ਫੋਨ ਕਰਦੇ ਪਿਆ ਵੇ? ਹੀਕੂ ਤਾਂ ਕੁਛ ਪਤਾ ਹੀ ਕਹਿ ਨੀ, ਤੇ ਮੈਂ ਇਵੇਂ ਡਰਦਾ ਪਿਆ ਹਾਂ।
ਉਹ ਮੈਂ ਕਹਿੰਦਾ ਕਰੇਂਦਾ ਪਿਆ ਹਾਂ ਅੱਧਿਆਂ ਦੇ ਸਕੂਲ ਵਾਲਿਆਂ ਦਾ ਫੋਨ ਆਈ ਉਹ ਕਹਿੰਦੇ ਪਏ ਹਨ ਕਿ ਅੱਧਿਆਂ ਕੋ ਅੱਜ ਸਕੂਲ ਨਾ ਵੀ ਜਾਵੇ ਹੁੰਦੀ ਵੈਨ ਵੀ ਕਹਿਣਾ ਕਿਉਂ ਹੁੰਦੀ ਮੈਡਮ ਕੋ ਲੂਸ ਮੋਸ਼ਨ ਥੀ ਗਏ ਨਾ ਹਾਂ ਪੁੱਤਰ ਅੱਧਿਆਂ ਦੀ ਮੈਡਮ ਕੋ ਨਾ ਲੂਸ ਮੋਸ਼ਨ ਥੀ ਗਏ ਕਿਉਂ ਝੂਠ ਬੁਲੈਂਦੇ ਪਏ ਵੇ ਅੱਜ ਸਵੇਰੇ ਮੈਂ ਤੇ ਅੱਧਿਆਂ ਮਿਲ ਕੇ ਹੀ ਤਾਂ ਪਲਾਨ ਬਣਾਇਆ ਹੈ ਛੁੱਟੀ ਦਾ ਕਿਉਂ ਕਿਉਂਕਿ ਅੱਜ ਤੁਸਾਂ ਸਾਕੂ ਸਾਰਿਆਂ ਕੋ ਟਾਈਗਰ ਜ਼ਿੰਦਾ ਹੈ ਦਿਖਾਉਣ ਲਈ ਵੇਸੋ ਮੈਂ ਕਿਉਂ ਘਿਣ ਵੇਸਾਂ ਪਾਪਾ ਜੇ ਅੱਜ ਮੰਮੀ ਘਰ ਰਹਿ ਗਈ ਤੇ ਉਹ ਬਾਂਦਰ ਘੀਆ ਵਾਪਸ ਕਰਨ ਆ ਗਿਆ ਤੇ ਤੁਹਾਨੂੰ ਤਾਂ ਵੱਲ ਘੀਆ ਖਾਵਣਾ ਪੋਸੀ ਤੂੰ ਤਾਂ ਮੇਰੀ ਪਿਆਰੀ ਪੁੱਤਰੀ ਹੈ ਮੇਰੀ ਮਿੱਠੀ ਪੁੱਤਰੀ ਹੈ ਮੈਂ ਨਾ ਹੁਣੇ ਜਾ ਕੇ ਫਿਲਮ ਦੀਆਂ ਟਿਕਟਾਂ ਲੈ ਆਉਣਾ ਠੀਕ ਹੈ ਜਾ ਜਾ ਕੇ ਖੇਡ ਮੇਰਾ ਪੁੱਤਰ ਤੀਸਰਾ ਦਿਨ ਮੰਗਲਵਾਰ ਸ਼ਾਮ 7 ਵਜੇ ਗੈਸ ਛੋੜੀਏ ਵੇ ਨਾ ਮੈਂ ਤਾਂ ਕਹਿ ਨਹੀਂ ਛੋੜੀ ਪਰ ਸਮੈਲ ਤਾਂ ਆਉਂਦੀ ਪਈ ਹੈ ਯਾਰ ਤੇ ਕਮਰੇ ਚ ਮੇਰੇ ਤੋਂ ਇਲਾਵਾ ਤੇ ਤੇਰੇ ਤੋਂ ਇਲਾਵਾ ਮੈਂ ਤਾਂ ਕੁਛ ਵੀ ਕਹਿ ਨਹੀਂ ਆਖਿਆ ਸੁਚੇਂਦੇ ਤਾਂ ਪਿਆ ਵੇ ਪਰ ਸਮੈਲ ਤਾਂ ਆਉਂਦੀ ਪਈ ਹੈ ਕਿੱਥੋਂ ਆਉਂਦੀ ਪਈ ਹੈ ਕਿੱਥੋਂ ਆਉਂਦੀ ਪਈ ਹੈ ਪੱਕਾ ਕਿੱਥੋਂ ਹੀ ਆਉਂਦੀ ਪਈ ਹੈ ਹਾਏ ਹਾਏ ਕੀ ਆਏ ਸਾਪੇ ਘੀ ਆਏ ਗੱਲਿਆ ਸੜਿਆ ਪਏ ਤਾਂ ਹੀ ਤਾਂ ਸਮੈਲ ਮਰਿੰਦਾ ਪਏ ਇਹ ਤਾਂ ਉਹ ਕੀ ਹੈ ਜਿਹੜਾ 2 ਦਿਨ ਪਹਿਲੇ ਬੰਦਰ ਖੇਡ ਗਿਆ ਸੀ ਹੁਣ ਮੇਰੇ ਕੋਲ ਸਮਝ ਆਈ ਤੁਸੀਂ ਬੰਦਰ ਦੀ ਇਤਨੀ ਇੱਜ਼ਤ ਕਿਉਂ ਕਰਦੇ ਪਿਆ ਵੇ ਕਿਉਂ ਹੁੰਦੇ ਉੱਤੇ ਇਤਨਾ ਤਰਸ ਖਾਂਦੇ ਪਿਆ ਵੇ ਇਹ ਬਾਂਦਰਾਂ ਵਾਲੀ ਹਰਕਤ ਬਾਂਦਰ ਨੇ ਕਹਿੰਦਾ ਕੀਤੀ ਆਈ ਤੁਸਾਂ ਕੀਤੀ ਆਈ ਹੁਣ ਤਾਂ ਮੈਂ ਕਸਮ ਖਾਂਦੀ ਹਾਂ ਵਿਸ਼ਵ ਪ੍ਰਤਿਗਿਆ ਕਰਨੀ ਹਾਂ ਅੱਜ ਤੋਂ ਬਾਅਦ ਘਰ ਚ ਬਣਸੀ ਤਾਂ ਕੀਆ ਪੱਤੂ ਹੀ ਬਣਸੀ ਇਹਦੇ ਤੋਂ ਇਲਾਵਾ ਕੁਛ ਕਹਿਣਾ ਬਣਸੀ ਉਸ ਗਲਤੀ ਦੀ ਸਜ਼ਾ ਮੈਂ ਅੱਜ ਤੱਕ ਭੁਗਤਦਾ ਪਿਆ ਤੇ ਅੱਗੇ ਵੀ ਪੂਰੀ ਜ਼ਿੰਦਗੀ ਭੁਗਤਣੀ ਪੋਸੀ ਜਦੋਂ ਤੁਸੀਂ ਹੀ ਅੰਗੂਠੇ ਤੇ ਕਲਿੱਕ ਕਰੇ ਸੋ ਤਾਂ ਸਾਡਾ ਵੀਡੀਓ ਲਾਈਕ ਥੀ ਵੇਸੀ ਤੇ ਜੇ ਹਾਲੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਹਿ ਨਹੀਂ ਕੀਤਾ ਤਾਂ ਹੀ ਸਬਸਕ੍ਰਾਈਬ ਦੇ ਉੱਪਰ ਕਲਿੱਕ ਕਰਕੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਸਕਦੇ ਵੇ ਹੁਣ ਦੇ ਬਾਅਦ ਹੀ ਘੰਟੀ ਤੇ ਕਲਿੱਕ ਕਰੇ ਸੋ ਤਾਂ ਸਾਡੇ ਹਰ ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲੇ ਆਵੇ ਸੀ ਜੇ ਤੁਸੀਂ ਸਾਡਾ ਚੈਨਲ ਪਹਿਲਾਂ ਤੋਂ ਹੀ ਸਬਸਕ੍ਰਾਈਬ ਕੀਤਾ ਹੋਏ ਤਾਂ ਦੁਬਾਰਾ ਸਬਸਕ੍ਰਾਈਬ ਕਰਨ ਦੀ ਜ਼ਰੂਰਤ ਕਹਿ ਨਹੀਂ ਹੁੰਦੀ ਬਹੁ ਬਹੁ ਮਿਹਰਬਾਨੀ